ਤੁਸੀਂ ਦੁਬਾਰਾ ਇਕੱਠੇ ਹੋ ਰਹੇ ਜੀ? ਦੇਖੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਜਿਹੜੀ ਇਹ ਪਿੱਛੇ ਬਿਲਡਿੰਗਾਂ ਗਿਰੀਆਂ ਪਈਆਂ, ਪਹਿਲਾਂ ਉਹਨਾਂ ਨੂੰ ਦਿਖਾਓ ਵੀ ਕੀ ਹਾਲ ਉਰੇ ਹੋਇਆ ਪਿਆ। ਇਹ ਲੋਕਾਂ ਦੇ ਜਿਹੜੇ ਤਿੰਨ ਤਿੰਨ ਮੰਜ਼ਿਲਾ ਮਕਾਨ ਹੈ, ਅਸੀਂ ਪੁਰਾਣੀ ਵੀਡੀਓ ਵੀ ਤੁਹਾਨੂੰ ਦੇ ਦਾਂਗੇ, ਜਿਹੜੇ ਕਹਿੰਦੇ ਆ ਗੱਲਾਂ ਮਾਰਦੇ ਆ ਵੱਡੇ ਕਾਂਗਰਸ ਨੁਮਾਇੰਦੇ ਵੀ ਲਗਾਤਾਰ ਸਾਲ ਹੋ ਗਏ, ਅਸੀਂ ਇੱਕ ਸਾਲ ਹੋ ਗਏ ਰੌਲਾ ਪਾ ਰਹੇ ਹਾਂ ਵੀ ਜਿਹੜੇ ਤੁਸੀਂ ਨਾਲਾ ਛੱਤਣ ਲੱਗੇ ਪਏ ਹੋ ਬਿਨਾਂ ਪਲੈਨਿੰਗ ਤੋਂ। ਦੇਖੋ ਲੋਕਾਂ ਦੇ, ਗਰੀਬ ਬੰਦਿਆਂ ਦੇ ਸਾਰੀ ਉਮਰ ਦੀ ਕਮਾਈ ਹੈ ਜਿਹੜੀ, ਮਕਾਨ ਗਿਰ ਜਾਂਦੇ ਨੇ। ਪਿੱਛੇ ਰਾਜ ਕਲੋਨੀ ਪਹਿਲਾਂ ਇੱਕ ਮਕਾਨ ਗਿਰਿਆ, ਫਿਰ ਮਹਿੰਦਰਾ ਕਾਲਜ ਦੇ ਸਾਹਮਣੇ ਤਿੰਨ ਮੰਜ਼ਿਲਾ ਮਕਾਨ ਗਿਰਿਆ ਸੀ। ਲੋਕਾਂ ਦੀ ਸਾਰੀ ਉਮਰ ਦੀ ਕਮਾਈ ਜਿਹੜੀ ਇਹ ਮਿੱਟੀ ਦੇ ਵਿੱਚ ਰੋਲਣ ਲੱਗੇ ਪਏ ਨੇ। ਉਸ ਤੋਂ ਬਾਅਦ ਵੀ ਇਹਨਾਂ ਦੇ ਕੰਨ 'ਤੇ ਜੂਨ ਨਹੀਂ ਸਰਕਦੀ। ਅੱਜ ਫਿਰ ਤੁਹਾਨੂੰ ਮੈਂ ਦਿਖਾਵਾਂਗਾ ਵੀ ਦੋ ਮਕਾਨ ਜੇ ਸੀ ਵੀ ਰਾਤ ਨੂੰ ਤੁਸੀਂ ਦੇਖ ਸਕਦੇ ਹੋ 9 ਵੱਜ ਚੁੱਕੇ ਨੇ। ਇਹ ਆਪਾਂ 9 ਵਜੇ ਉਰੇ ਖੜ੍ਹੇ ਹਾਂ ਰਾਤ ਨੂੰ, ਜੇ ਸੀ ਵੀ 8:30 ਵਜੇ ਉਰੇ ਰਾਤ ਨੂੰ ਹਨੇਰੇ ਦੇ ਵਿੱਚ ਲੱਗੀ ਪਈ ਸੀ। ਜਿਹੜੀ ਇਹਨਾਂ ਦੀ ਮਕਾਨ ਦੀਆਂ ਨੀਹਾਂ, ਉਹ ਨੀਹਾਂ ਦੇ ਵਿੱਚੋਂ ਤੁਸੀਂ ਲਾ ਲਓ 4-4 ਫੁੱਟ ਮਿੱਟੀ ਕੱਢਤੀ। ਇਹ ਮਕਾਨ ਨੇ, ਇਹ ਬੰਦੇ ਦਾ ਜਿਹੜਾ ਬੈੱਡ ਪਿਆ ਪਿੱਛੇ ਤੁਸੀਂ ਦੇਖੋਗੇ, ਇਹ ਬੈੱਡਰੂਮ ਹੈ ਵੀ ਤੁਸੀਂ ਕਹਿ ਸਕਦੇ ਹੋ ਵੀ ਪਿੱਛੇ ਆ ਦੋ ਮਕਾਨ ਹੈ, ਪੂਰੇ ਦੇ ਪੂਰੇ ਮਕਾਨ ਨਾਲੇ ਦੇ ਵਿੱਚ ਢਹਿ ਢੇਰੀ ਹੋ ਗਏ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੀ ਉਰੇ ਦੀ ਕਾਂਗਰਸ ਸਰਕਾਰ ਹੈ, ਵਿਕਾਸ ਦੇ ਨਾਮ 'ਤੇ ਕਿਵੇਂ ਪਟਿਆਲੇ ਸ਼ਹਿਰ ਦਾ ਵਿਨਾਸ਼ ਕਰਨ ਲੱਗੇ ਹੋਏ ਨੇ। ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ, ਲੋਕ ਡਰੇ ਹੋਏ ਨੇ ਵੀ ਹੋ ਤਾਂ ਸਾਡੇ ਨਾਲ ਹੋ ਕੀ ਗਿਆ। ਲੋਕ ਅੰਦਰ ਸੁੱਤੇ ਪਏ ਸੀ, ਬੱਚੇ ਆਪਣਾ ਪਏ ਹੈ। ਉਹ ਜਿਹੜਾ ਇਹ ਮਕਾਨ ਗਿਰਿਆ, ਜਿਹੜਾ ਬੈੱਡ ਪਿਆ ਤੁਸੀਂ ਦੇਖੋਗੇ, ਕਿਤੇ ਦੋ ਬੱਚੇ ਪਏ ਸੀ। ਜਦੋਂ ਥੋੜ੍ਹੀ ਜਿਹੀ ਹਲਚਲ ਹੋਈ ਉਹਨਾਂ ਨੇ ਬੱਚੇ ਚੱਕੇ, ਨਾਲ ਦੀ ਨਾਲ ਸਾਰਾ ਸਮਾਨ ਥੱਲੇ ਆ ਗਿਆ। ਉਹ ਪਰਿਵਾਰ ਅਜੇ ਬੜੇ ਤਕੜੇ ਸਦਮੇ 'ਚ ਹੈ, ਸਿਰਫ ਕਾਰਪੋਰੇਸ਼ਨ ਵਾਲੇ ਦੇ ਨੁਮਾਇੰਦੇ ਜਿਹੜੇ ਉਹਨਾਂ ਦੀ ਨਲੈਕੀਆਂ ਕਰਕੇ ਉਰੇ ਇੱਕ ਕਾਰ ਇਹਨਾਂ ਦੇ ਕਾਂਗਰਸ ਦੇ ਨੁਮਾਇੰਦੇ ਖੜ੍ਹੇ ਸੀ। ਉਹ ਕਹਿੰਦੇ ਜੀ ਅਸੀਂ ਮੰਨਦੇ ਹਾਂ ਵੀ ਠੇਕੇਦਾਰ ਦੀ ਲਾਪਰਵਾਹੀ ਹੈ, ਅਤੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਨੂੰ ਲਾਪਰਵਾਹੀ ਅੱਜ ਦਿਖੀ ਹੈ? ਸਾਲ ਹੋ ਗਏ, 3 ਮਕਾਨ ਤੁਸੀਂ ਪਿੱਛੇ ਗਿਰਿਆ ਹੈ, ਤੁਹਾਡੇ ਕੰਨ 'ਤੇ ਉਦੋਂ ਨੂੰ ਜੂੰ ਸਰਕੀ, ਤਾਂ ਹੁਣ ਤੁਹਾਡੇ ਕੰਨ 'ਤੇ ਕੀ ਜੂੰ ਸਰਕੇਗੀ? ਅਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਆ ਕੇ ਇਹਨਾਂ ਦਾ ਹਾਲ ਦੇਖੋ ਤੁਸੀਂ, ਉਰੇ ਕੀ ਹਾਲ ਹੋਇਆ ਪਿਆ ਇਹਨਾਂ ਦਾ ਉਰੇ, ਜਿਹੜੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਹੋ ਵਿਕਾਸ ਦੀਆਂ, ਸਾਰੀ ਉਮਰ ਦੀ ਕਮਾਈ 5 ਮਿੰਟ 'ਚ ਢਹਿ ਢੇਰੀ ਕਰਤੀ ਇਹਨਾਂ ਦੀ ਜੀ। ਅਕਾਸ਼ ਜੀ ਕੀ ਕਹਿਣਾ ਚਾਹੁੰਦੇ ਹੋ? ਅਕਸਰ ਹੀ ਇਹੋ ਜਿਹੀ ਵਾਰਦਾਤਾਂ ਹੋ ਜਾਂਦੀਆਂ ਨੇ, ਇਹੋ ਜਿਹੇ ਹਾਦਸੇ ਹੋ ਜਾਂਦੇ ਨੇ, ਚਲੋ ਜਾਨੇ ਤਾਂ ਨਹੀਂ ਮਾਲੀ ਨੁਕਸਾਨ ਹੋ ਗਿਆ, ਇਸ ਨੂੰ ਲੈ ਕੇ ਇਹਦੀ ਭਰਪਾਈ ਕੌਣ ਕਰੇਗਾ? ਤੁਸੀਂ ਭਾਅ ਜੀ ਇਹ ਗੱਲ ਜਿਹੜੀ ਕਹਿ ਰਹੇ ਹੋ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਾਨੀ ਨੁਕਸਾਨ ਤੋਂ ਕੋਈ ਘੱਟ ਵੀ ਨਹੀਂ ਆ ਉਰੇ। ਜਾਨੀ ਨੁਕਸਾਨ ਆਪਾਂ ਜਾਨੀ ਮਾਲੀ ਨਾ ਕਹੀ ਵੀ ਮਾਲੀ ਹੋ ਗਿਆ, ਜਾਨੀ ਨਹੀਂ ਹੋਇਆ, ਉਸ ਤੋਂ ਘੱਟ ਵੀ ਕੁਛ ਨਹੀਂ ਆ ਉਰੇ। ਜਦ ਦੋ ਬੱਚੇ ਤੁਹਾਡੇ ਸੁੱਤੇ ਪਏ ਨੇ, ਜਦੋਂ ਪਿਛਲੀ ਕੰਧ ਗਿਰੀ ਉਹਨਾਂ ਨੇ ਫਟਾਫਟ ਜਿਵੇਂ ਕਹਿੰਦੇ ਆ ਵੀ ਫਟਾਫਟ ਚੱਕ ਕੇ ਬੱਚੇ ਲੱਤਾਂ ਤੋਂ ਖਿੱਚੇ ਹੈ, ਸਾਰਾ ਸਮਾਨ ਇਹਨਾਂ ਦਾ ਦੇਖ ਲਓ ਤੁਸੀਂ ਬਾਹਰ ਗਿਰਿਆ ਪਿਆ ਜੇ ਵੀ, ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ। ਫਿਰ ਮੈਂ ਗੱਲ ਕਰਦਾ ਕਾਰਪੋਰੇਸ਼ਨ